ਸ਼ਸ਼ੀਕਲ ਜੀ ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਮੈਂ ਗगन ਸ਼ੁਕਲਾ ਇਸ ਵळे ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦ ਆ ਤੇ ਮਾਨ ਸਾਹਿਬ ਸਿਮਰந்த்ਜੀਤ ਸਿੰਘ ਮਾਨ ਜੋ ਕਿ ਸੰਸਦ ਨੇ ਸੰਗਰੂਰ ਤੋਂ ਉਹਨਾਂ ਵੱਲੋਂ ਭਗਤ ਸਿੰਘ ਨੂੰ ਲੈ ਕੇ ਬਿਆਨ ਤੋਂ ਬਾਅਦ ਜਿਹੜੀ ਸਿਆਸਤ ਤੋਂ ਗਰਮਾਈ ਹੋਈ ਹੈ ਉਸ ਤੋਂ ਬਾਅਦ ਖਟਕੜਕਲਾ ਨਮਾਸ਼ਹਿਰ ਦੇ ਇੱਕ ਵਿਅਕਤੀ ਵੱਲੋਂ ਪੱਗ ਔਰ 5 ਲੱਖ ਰੁਪਏ ਦਾ ਜ਼ਿਕਰ ਕੀਤਾ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕਾਰਗੁੰਨੇ ਜਿਹੜੇ ਉਹਨਾਂ ਦੇ ਪਾਰਟੀ ਦੇ ਵਰਕਰਸ ਨੇ ਉਹ ਇਸ ਵੇਲੇ ਐਸਐਸਪੀ ਦਫਤਰ ਪਹੁੰਚ ਗਏ ਨੇ ਡੀਸੀ ਤੇ ਐਸਐਸਪੀ ਨੂੰ ਮੈਮੋਰੰਡਮ ਦਿੱਤਾ ਹੈ ਗੱਲਬਾਤ ਕਰ ਲੈਣੇ ਆ ਸੋ ਸੁਖਦੇਵ ਜੀ ਮੁੱਦਾ ਭਖਦਾ ਜਾ ਰਿਹਾ ਹੈ 5 ਲੱਖ ਰੁਪਏ ਰੁਪਗ ਲੈ ਕੇ ਆਉਣ ਦਾ ਜ਼ਿਕਰ ਉਸ ਵਿਅਕਤੀ ਨੇ ਕੀਤਾ ਹਾਲਾਂਕਿ ਉਹ ਮਾਫੀ ਵੀ ਰਾਤ ਮੰਗ ਗਿਆ ਪਰ ਹੁਣ ਤੁਸੀਂ ਐਸਐਸਪੀ ਤੇ ਡੀਸੀ ਨੂੰ ਕੀ ਕੰਪਲੇਂਟ ਦਿੱਤੀ ਹੈ ਜੀ ਅਸੀਂ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਇਹ ਕੰਪਲੇਂਟ ਦਿੱਤੀ ਹੈ ਜੀ ਵੀ ਮਾਫੀ ਮੰਗਣ ਦੇ ਨਾਲ ਕੱਲੀ ਗੱਲ ਨਹੀਂ ਸਰ ਨਹੀਂ ਕਿਉਂਕਿ ਅੱਜ ਇਸ ਇਸ ਤਰ੍ਹਾਂ ਦੇ ਪੜਕਾਓ ਬਿਆਨ ਦੇ ਕੇ ਜਿਸ ਦੇ ਨਾਲ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਹੋ ਰਿਹਾ ਹੈ ਭੜਕਾਉ ਬਿਆਨ ਦੇ ਕੇ ਦੂਜੇ ਦਿਨ ਮਾਫੀ ਮੰਗ ਲੈਣੀ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਇਸ ਲਈ ਅਸੀਂ ਅੱਜ ਆਪਣੀ ਜਥੇਬੰਦੀ ਦੇ ਨਾਲ ਅਕਤਰ ਹੋ ਕੇ ਮਾਨਯੋਗ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਤੇ ਦਰਖਾਸਤ ਵੀ ਦਿੱਤੀ ਆ ਜਿਸ ਦੇ ਵਿੱਚ ਸਾਨੂੰ ਐਸਐਸਪੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਅਸੀਂ ਉਹਨਾਂ ਦੀ ਇਨਕੁਆਇਰੀ ਕਰਾ ਕੇ ਜਲਦੀ ਤੋਂ ਜਲਦੀ ਜਿਹੜੀ ਕਾਰਵਾਈ ਕਰਾਂਗੇ ਪਰ ਅਸੀਂ ਇੱਕ ਹਫਤੇ ਦਾ ਮੈਮੋਰੰਡਮ ਆਲਟੀਮੇਟਮ ਦੰਨੇ ਆ ਜੀ ਇਹ ਵੀ ਜੇ ਇੱਕ ਹਫਤੇ ਦੇ ਅੰਦਰ ਅੰਦਰ ਉਸ ਸ਼ਖਸ ਨੂੰ ਗ੍ਰਿਫਤਾਰ ਨਾ ਕੀਤਾ ਬਣਦੀ ਕਾਰਵਾਈ ਨਾ ਨਾ ਕੀਤੀ ਤਾਂ ਪੰਜਾਬ ਦੇ ਜਿਹੜੇ ਮਾਹੌਲ ਦੇ ਗੰਭੀਰ ਸਿੱਟੇ ਨਿਕਲਗੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਿਉਂਕਿ ਅਸੀਂ ਪੀਸਫੁਲੀ ਚੱਲਣ ਵਾਲੇ ਆ ਉਹ ਬੰਦਾ ਜਿਹੜਾ ਭਗਤ ਸਿੰਘ ਦੀ ਸੋਚ ਦੇ ਨਾਲ ਜੁੜਿਆ ਹੋਇਆ ਹੈ ਭਗਤ ਸਿੰਘ ਨੇ ਇੱਕ ਜਿਸ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਵੀ ਭਗਤ ਸਿੰਘ ਨੇ ਨਿਰਦੋਸ਼ ਦੋ ਬੰਦਿਆਂ ਨੂੰ ਮਾਰਿਆ ਅਸੈਂਬਲੀ ਦੇ ਵਿੱਚ ਬੰਬ ਛੁੱਟਿਆ ਤੇ ਉਹ ਬੰਦਾ ਵੀ ਜਸਵੰਤ ਸਿੰਘ ਭਾਰਟਾ ਉਹ ਸੋਚ ਦੇ ਨਾਲ ਜੁੜਿਆ ਉਹ ਕਦੇ ਵੀ ਸਰਦਾਰ ਮਾਨ ਤੇ ਹਮਲਾ ਕਰ ਸਕਦਾ ਕਿਉਂਕਿ ਜਿਹਨੇ 5 ਲੱਖ ਦਾ ਨਾਮ ਦੇ ਕੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਕਿ ਨੌਜਵਾਨੋ ਤੁਸੀਂ ਅੱਗੇ ਹੋ ਕੇ ਜਾਓ ਮਾਨ ਸਾਹਿਬ ਦੀ ਪੱਗ ਲੈ ਕੇ ਆਓ ਤੇ ਅਸੀਂ 5000 1 ਲੱਖ 5 ਲੱਖ 1000 ਰੁਪਇਆ ਜਿਹੜਾ ਨਾਮ ਦਵਾਂਗੇ ਉਹਨਾਂ ਨੂੰ ਇਸ ਦੇ ਨਾਲ ਤੁਸੀਂ ਆਪਣੇ ਆਪ ਦੱਸੋ ਵੀ ਗੰਭੀਰ ਸਿੱਟੇ ਨਿਕਲਣਗੇ ਜਾਂ ਨਹੀਂ ਨਿਕਲਣਗੇ ਸਖਦੇਵ ਸਿੰਘ ਜੀ ਲੱਗਦਾ ਨਹੀਂ ਕਿ ਜੇ ਦੇਖਿਆ ਜਾਵੇ ਤਾਂ ਭਗਤ ਸਿੰਘ ਨੂੰ ਇਨਵੋਲ ਵੀ ਨਹੀਂ ਹੋਣਾ ਕਰਨਾ ਚਾਹੀਦਾ ਸੀਗਾ ਕਿਉਂਕਿ ਭਗਤ ਸਿੰਘ ਵਾਲਾ ਜੇ ਦੇਖਿਆ ਜਾਵੇ ਤਾਂ ਉਹ ਮੁੱਦਾ ਗੱਲ ਕਰਕੇ ਇਕੱਲੀ ਪੱਗ ਦਾ ਜਿਹਾ ਜ਼ਿਕਰ ਕਰਿਆ ਜਾਵੇ ਕਿਉਂਕਿ ਜੇ ਸਿਮਰਨਜੀਤ ਮਾਨ ਦਾ ਵੀ ਜ਼ਿਕਰ ਕਰ ਲਈਏ ਤਾਂ ਵੀ ਉਹ ਇੱਕ ਵਿਅਕਤੀ ਨੇ ਪਰ ਪੱਗ ਕਿਸੇ ਵੀ ਦੀ ਨਹੀਂ ਪੱਗ ਤਾਂ ਕੌਮ ਦੀ ਹੈ ਪਾਗਾ ਜਿਹੜੀ ਸਰਵੰਸਦਾਨੀ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੂਰਾ ਪਰਿਵਾਰ ਸਰਵੰਸ ਕੌਮ ਦੇ ਲਿਖੇ ਲਾ ਕੇ ਸਰਦਾਰੀ ਬਖਸ਼ੀ ਆ ਲੇਕਿਨ ਜਿਹੜਾ ਭਗਤ ਸਿੰਘ ਦਾ ਬਿਆਨ ਆ ਉਠਾਇਆ ਕਿਦੋਂ ਗਿਆ ਇਹ ਕਿਸ ਵੱਲੋਂ ਉਠਾਇਆ ਗਿਆ ਪੱਤਰਕਾਰ ਮੀਡੀਏ ਵੱਲੋਂ ਜਿਹੜਾ ਗੋਦੀ ਮੀਡੀਆ ਉਸ ਦੇ ਵੱਲੋਂ ਜਾਣ ਬੁੱਝ ਕੇ ਪ੍ਰਧਾਨ ਸਰ ਨੂੰ ਇੱਕ ਕੁਐਸਚਨ ਕੀਤਾ ਗਿਆ ਕਿ ਤੁਸੀਂ ਭਗਤ ਸਿੰਘ ਨੂੰ ਕੀ ਮੰਨਦੇ ਹੋ ਮਾਨਸਾਹਬ ਨੇ ਤਾਂ ਕੋਈ ਟਿੱਪਣੀ ਨਹੀਂ ਕੀਤੀ ਫਿਰ ਜਵਾਬ ਦੇਣਾ ਤਾਂ ਬਣਦਾ ਹੀ ਆ ਜੀ ਮਾਨਸਾਹਬ ਦਾ ਮਾਨਸਾਹਬ ਹਰ ਰੋਜ਼ 3 ਘੰਟੇ ਸਟੱਡੀ ਕਰ ਰਹੇ ਨੇ ਉਹ ਲੌਜੀਕ ਦੇ ਨਾਲ ਗੱਲ ਕਰਦੇ ਨੇ ਇਦਾਂ ਨਹੀਂ ਵੀ ਚਾਕੇ ਮੀਡੀਆ ਦੇ ਸਾਹਮਣੇ ਇਸ ਕਰਕੇ ਜਿਹੜਾ ਪੱਗ ਦਾ ਲਗਾ ਭਗਤ ਸਿੰਘ ਦਾ ਜਿਹੜੀ ਗੱਲ ਹੈ ਪੱਤਰਕਾਰਾਂ ਵੱਲੋਂ ਗੋਦੀ ਮੀਡੀਆ ਵੱਲੋਂ ਉਠਾ ਲਈ ਗਈ ਹੈ ਉਸ ਦਾ ਜਵਾਬ ਦਿੱਤਾ ਮਾਨ ਸਾਹਿਬ ਨੇ ਕੀ ਕਾਰਵਾਈ ਚਾਹੁੰਦੇ ਹੋ ਕਾਰਵਾਈ ਅਸੀਂ ਉਸ ਬੰਦੇ ਦੀ ਗ੍ਰਿਫਤਾਰੀ ਚਾਹੁੰਦੇ ਹਾਂ ਜੀ 295 ਦਾ ਪਰਚਾ ਬਣਦਾ ਰਾਦਾ ਕਤਲ ਦਾ ਪਰਚਾ ਬਣਦਾ ਕਿ ਉਹਨੇ ਚੈਲੰਜ ਕੀਤਾ ਪੱਗ ਲਾਉਣੀ ਮਾਨ ਸਾਹਿਬ ਦੀ ਉਹ ਵੀ ਮਾਨ ਸਾਹਿਬ ਦੀ ਪੱਗ ਲਾਉਣੀ ਖਾਲਾ ਜੀ ਦਾ ਬਾੜਾ ਨਹੀਂ ਕਿਸੇ ਵਰਕਰ ਦੀ ਪੱਗ ਨੂੰ ਹੱਥ ਲਾ ਕੇ ਦਿਖਾ ਦਵੇ ਬੰਦਾ ਅਸੀਂ ਤਿਆਰ ਆ ਅਸੀਂ ਖੜਗੜ ਗੱਲ ਵੀ ਜਾ ਰਹੇ ਹਾਂ ਹੁਣ ਅਸੀਂ ਉਹ ਬੰਦੇ ਨੂੰ ਬੁਲਾਉਣੇ ਭਾਈ ਅਸੀਂ ਇੱਥੇ ਪਹੁੰਚ ਗਏ ਤੂੰ ਆ ਜਾ ਮਾਨ ਸਾਹਿਬ ਦਾ ਬਹੁਤ ਦ ਮਾਨ ਸਾਹਿਬ ਵਾਸਤੇ ਪੂਰੀ ਕੌਮ ਪੂਰੇ ਪੰਜਾਬ ਦੇ ਜਿਹੜੇ ਨੌਜਵਾਨੋ ਕੁਰਬਾਨੀ ਦੇਣ ਨੂੰ ਵੀ ਤਿਆਰ ਹਨ ਬੀ ਵੀ ਦੇਖਿਆ ਜਾਵੇ ਕਿਤੇ ਨਾ ਕਿਤੇ ਉਹ ਕਹਿੰਦਾ ਵੀ ਮੈਂ ਪੱਗ ਕਰਕੇ ਮਾਫੀ ਮੰਗ ਲਈ ਰਾਤ ਪਰ ਮੈਂ ਭਗਤ ਸਿੰਘ ਦੇ ਬਿਆਨ ਤੇ ਬਿਲਕੁਲ ਅਟੱਲਾ ਕਿ ਭਗਤ ਸਿੰਘ ਅੱਤਵਾਦੀ ਨਹੀਂ ਹੈਗਾ ਦੇਸ਼ ਦੇ ਲਈ ਉਹਨੇ ਆਪਣੀ ਜਾਨ ਵਾਰਦੀ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਹਲੇ ਤੱਕ ਭਗਤ ਸਿੰਘ ਨੂੰ ਸ਼ਹੀਦ ਹੀ ਨਹੀਂ ਮੰਨਿਆ ਮੈਂ ਇੱਕ ਚੀਜ਼ ਕਾਊਂਟਰ ਕਰ ਲੈਣਾ ਕੱਲ ਮੈਂ ਯੂਥ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਦੇ ਬਰਿੰਦਰ ਢਿੱਲੋਂ ਨੂੰ ਇਹ ਸਵਾਲ ਕਰਿਆ ਸੀਗਾ ਕਿ ਜ਼ਿਆਦਾਤਰ ਤੁਸੀਂ ਸੱਤਾ 'ਚ ਰਹੇ ਹੋ ਉਹ ਕਹਿੰਦੇ ਕੋਈ ਕਾਨੂੰਨ ਨਹੀਂ ਹੈਗਾ ਕਿ ਕਿਸੇ ਨੂੰ ਕੋਈ ਸਪੈਸ਼ਲ ਉਪਾਧੀ ਦਿੱਤੀ ਜਾਵੇ ਤਾਂ ਕਹਿੰਦਾ ਸ਼ਹੀਦ ਤਾਂ ਦਿਲਾਂ 'ਚ ਵਸਦੇ ਆਂ ਦਿਲਾਂ ਚ ਫੇਰ ਬਸਣ ਚਾਹੀਦੇ ਬਸ ਹੀ ਜਾਣ ਜਿਹਦੇ ਦੇ ਹੈਗੇ ਸਾਡੀ ਸੋਚ ਨਹੀਂ ਮਿਲਦੀ ਉਹਦੇ ਨਾਲ ਪਾਕਿਸਤਾਨ ਨਾਲ ਪਾਕਿਸਤਾਨ ਨਾਲ ਬਿਲਕੁਲ ਨਹੀਂ ਮਿਲਦੀ ਜਿਹਨੇ ਮੰਨਦਾ ਸੀ ਮੁਬਾਰਕ ਹੈ ਉਹਨਾਂ ਨੂੰ ਸਾਡੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸ਼ਹੀਦਾਂ ਕੌਮ ਦੇ 72 ਘੰਟੇ ਦਿਨ ਮੁਲਖਾਂ ਦੀ ਫੌਜ ਨਾਲ ਆਮੋ ਸਾਹਮਣੇ ਟੱਕਰ ਲੈ ਕੇ 72 ਗੋਲੀਆਂ ਸੀਨੇ 'ਚ ਖਾਦਿਆ ਉਹਨਾਂ ਨੂੰ ਸ਼ਹੀਦ ਮੰਨਦੇ ਆਂ ਸੀ ਇਹ 40 ਸਾਲ ਤੋਂ ਹੱਤਵਦੀ ਕਹਿੰਦੇ ਨੇ ਉਹਨਾਂ ਨੂੰ ਇਹ ਪਿਛਲੇ 40 ਸਾਲ ਤੋਂ ਉਹਨਾਂ ਨੂੰ ਅੱਤਵਾਦੀ ਕਹਿ ਰਹੇ ਨੇ ਅਸੀਂ ਬਰਦਾਸ਼ਤ ਕਰ ਰਹੇ ਹਾਂ ਕਿ ਨਹੀਂ 40 ਸਾਲ ਤੋਂ ਸਾਡੀਆਂ ਕੋਈ ਭਾਵਨਾਵਾਂ ਨਹੀਂ ਹੈਗੀਆਂ ਜਿੰਨੇ ਸਾਡੇ ਪੰਜਾਬ ਦੇ ਮੁੰਡੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਮਾਵਾਂ ਤੇ ਪੁੱਤਰ 16 ਸਾਲ ਤੋਂ ਲੈ ਕੇ 30 ਸਾਲ 40 ਸਾਲ 50 ਸਾਲ ਤੱਕ ਜੇਲਾਂ ਕੱਟ ਰਹੇ ਨੇ ਕੋ ਕੋ ਕੇ ਮਾਰੇ ਨੇ ਅਸੀਂ ਬਰਦਾਸ਼ਤ ਨਹੀਂ ਕਰ ਰਹੇ ਹੈਗੇ ਅਸੀਂ ਸਾਡੀਆਂ ਸਿੱਖ ਕੌਮ ਦੀ ਕੋਈ ਭਾਵਨਾਵਾਂ ਨਹੀਂ ਹੈਗੀਆਂ ਸਾਨੂੰ ਲੰਡੀ 부ਚੀ ਉੱਠ ਕੇ ਕਹਿ ਦਿੰਦਾ ਅੱਤਵਾਦੀ ਅੱਤਵਾਦੀ ਸ਼ਬਦ ਵਰਤਿਆ ਜਾਂਦਾ ਅਸੀਂ ਅੱਤਵਾਦੀਆਂ ਸਿੱਖ ਜਿਨ੍ਹਾਂ ਨੇ ਸਾਰੀ ਕੌਮ ਦੀ ਪੱਗ ਸਿਰ ਤੇ ਰੱਖੀ ਹੋਈ ਹੈ ਸਾਰਿਆਂ ਦੀ ਇੱਜ਼ਤਾਂ ਬਚਾਈਆਂ ਨੇ ਸਾਰੀ ਕੌਮ ਵਾਸਤੇ ਲੜੇ ਆਂ ਭਾਰਤ ਦੇਸ਼ ਵਾਸਤੇ ਅਸੀਂ ਲੜੇ ਆਂ ਅੱਜ ਵੀ ਲੜ ਰਹੇ ਆਂ ਸਾਨੂੰ ਅੱਤਵਾਦੀ ਕਹਿ ਕੇ ਸਾਡੀ ਕੋਈ ਇੱਜ਼ਤ ਨਹੀਂ ਸਾਡੀ ਕੋਈ ਬੇਇੱਜ਼ਤੀ ਨਹੀਂ ਹੈਗੀ ਸਾਡੂੰ ਇੱਕ ਹਾਂ ਹਾਂਜੀ ਮੈਂ ਮੈਂ ਇੱਕ ਚੀਜ਼ ਆਪ ਜੀ ਨੂੰ ਹੋਰ ਇਹਦੇ ਨਾਲ ਐਡ ਕਰਨੀ ਚਾਹੁੰਦਾ ਤੇ 10 1990 ਤੋਂ ਸਤਿ ਸਿਮਰ ਜੀ ਸੀਮਾਨ ਦੇ ਨਾਲ ਜੁੜਿਆ ਹੋਇਆ ਤੇ ਮੈਨੂੰ ਉਹ ਵੀ ਦਿਨ ਯਾਦ ਆ ਜਦੋਂ ਸ਼ਰੋਨੀ ਅਕਾਲੇਦਲ ਅੰਮ੍ਰਿਤਸਰ ਦੇ ਨਾਮ ਸ਼ਰੋਨੀ ਅਕਾਲੇ ਅੰਮ੍ਰਿਤਸਰ ਹੁੰਦਾ ਮਾਨ ਹੁੰਦਾ ਸੀਗਾ ਉਸ ਵੇਲੇ ਸਾਨੂੰ ਤਾਂ ਤਾਂ ਰੋਕਿਆ ਜਾਂਦਾ ਸੀਗਾ ਫੜਿਆ ਜਾਂਦਾ ਸੀ ਸਾਹਿਬ ਸਿੰਘ ਜੀ ਸੀਮਾਨ ਦੇ ਖਿਲਾਫ ਕੇਸ ਰਜਿਸਟਰ ਕੀਤੇ ਜਾਂਦੇ ਸੀਗੇ ਕੋ-ਕੋ ਕੇ ਮੁੰਡੇ ਮਾਰੇ ਜਾਂਦੇ ਸੀਗੇ ਹਨਾ ਝੂਠੇ ਪੁਲਿਸ ਮੁਕਾਬਲੇ ਕੀ ਦੂਜੇ ਕੀ ਤੇ ਦਰਬਾਰ ਸਭ ਦਾ ਢਾਟ ਆ ਇਹਨਾਂ ਨੇ ਲੱਡੂ ਵੰਡੇ ਆ ਜੇ ਜਦੋਂ 1984 ਨਵੰਬਰ ਦੇ ਵਿੱਚ ਹੋਇਆ ਸਾਡਾ ਕਤਲੇਆਮ ਉਸ ਟਾਈਮ ਇਹਨਾਂ ਨੇ ਕਿੱਥੇ ਸੀ ਸੁਪਰੀਮ ਕੋਰਟ ਆਫ ਇੰਡੀਆ ਕਿੱਥੇ ਸੀ ਇਹ ਪਾਰਟੀਆਂ ਕਿੱਥੇ ਜਦੋਂ ਸਾਡੇ ਤੇ ਕਿੰਨੀ ਵਾਰੀ ਜਿਹੜੀ ਐਮੈਂਡਮੈਂਟ ਕਰਕੇ ਇਹ ਸੰਵਧਾਨ ਦੀ ਇਹਨਾਂ ਨੇ ਬਲਾਤਕਾਰ ਕਰਕੇ ਪੰਜਾਬ ਦੇ ਉੱਤੇ ਰਾਸ਼ਟਰਪਤੀ ਰਾਜ ਲਾਉਂਦੇ ਰਹੇ ਐ ਕਿੱਥੇ ਸੀ ਇਹ ਪਾਰਟੀਆਂ ਅੱਜ ਇਹਨਾਂ ਨੂੰ ਜਦਾ ਸਮਝ ਸੀ ਮਾਨ ਤੇ ਵੱਲੋਂ ਜੇ ਆਤਵਾਦੀ ਹਾਲਾਂਕਿ ਆਤਵਾਦੀ ਮਾਨ ਸਾਹਿਬ ਦੇ ਮੂੰਹ ਤੋਂ ਨਹੀਂ ਕਿਹਾ ਮਾਨ ਸਾਹਿਬ ਨੂੰ ਪੁੱਛਿਆ ਤੁਸੀਂ ਦੱਸੋ ਕੀ ਆ ਰਿਪੋਰਟਰ ਨੇ ਪਰ ਸਵਾਲ ਜੇ ਹੁਣ ਮੈਂ ਤੋਂ ਕੁਝ ਗਲਤ ਪੁੱਛ ਲਵਾਂ ਤਾਂ ਇਹ ਸਵਾਲ ਨੂੰ ਕੁਇਟ ਕਰਿਆ ਜਾ ਸਕਦਾ ਕਿ ਮੈਂ ਹਾਲਾਂਕਿ ਬਹੁਤ ਸਾਰੇ ਲੀਡਰ ਜਦੋਂ ਅਸੀਂ ਕਿਸੇ ਤੋਂ ਕੋੜ ਕੜਵਾ ਸਵਾਲ ਕੋ ਪੁੱਛ ਵੀ ਲੈਨੇ ਆ ਤਾਂ ਉਹ ਕਹਿ ਦਿੰਨੇ ਆ ਵੀ ਅਸੀਂ ਇਸ ਬਾਰੇ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ ਉਹਦੇ ਨਾਲ ਉਹਦੇ ਉਹਦੇ ਨਾਲ ਤੁਹਾਨੂੰ ਕੀ ਹੁੰਦਾ ਸਰਦਾ ਸਿਮਰਿੰਜੀ ਸੀ ਮਾਨ ਦੀ ਪਾਰਟੀ ਦੇ ਜਿਹੜੇ ਵਰਕਰ ਸੀਗੇ ਉਹਨਾਂ ਦੇ ਉੱਤੇ ਕੇਸ ਰਜਿਸਟਰ ਹੋਇਆ ਸੀ ਪਟਿਆਲਾ ਕੋਰਟ ਦੇ ਵੱਲੋਂ 14 ਅਗਸਤ 2013 ਨੂੰ ਉਹਨਾਂ ਨੂੰ ਬਾ ਇੱਜ਼ਤ ਬਰੀ ਕੀਤਾ ਗਿਆ ਅਸੀਂ ਕਿਉਂ ਭੱਜੀਏ ਸਾਡੇ ਕੋਲ ਸਵਾਲ ਦਾ ਜਵਾਬ ਹੈਗਾ ਅਸੀਂ ਕਿਉਂ ਭੱਜੀਏ ਸਵਾਲ ਤੇ ਜਵਾਬ ਤੋਂ ਉਹ ਭਜੂਗਾ ਜਿਹਨੂੰ ਪਤਾ ਹੀ ਨਹੀਂ ਜਿਹਨੇ ਪੜ੍ਹਿਆ ਹੀ ਨਹੀਂ ਜਿਹਨੂੰ ਕਨਸਟੀਟਿਊਸ਼ਨ ਦਾ ਨਹੀਂ ਪਤਾ ਜਿਹਨੂੰ ਆਪਣੇ ਤੇ ਜੋ ਬੀਤੀ ਉਹਦਾ ਨਹੀਂ ਪਤਾ ਸਾਡੇ ਹਿਊਮਨ ਰਾਈਟਸ ਦਾ ਨਹੀਂ ਪਤਾ ਮਾਨਸਟ ਪਰਸਨ ਹੂ ਇਜ਼ ਫਾਈਟਿੰਗ ਫਾਰ ਦਾ ਹਿਊਮਨ ਰਾਈਟਸ ਆਫ ਦਾ ਪੀਪਲ ਪਰ ਮੈਂ ਸੁਖਦੇਵ ਜੀ ਇੱਕ ਜੀ ਇੱਕ ਜਵਾਬ ਲੈਣਾ ਚਾਹੁੰਦਾ ਤੁਸੀਂ ਸਿੱਖੋਂ ਮੈਂ ਹਿੰਦੂ ਆ ਪਰ ਅਸੀਂ ਸਾਰੇ ਪੰਜਾਬੀ ਆ ਪਰ ਇਸ ਮਸਲੇ ਤੇ ਲੱਗਦਾ ਨਹੀਂ ਕਿ ਪੰਜਾਬੀ ਆਪਸ ਦੇ ਵਿੱਚ ਟਕਰਾ ਜਿਹੜਾ ਪੰਜਾਬੀਆਂ ਚ ਹੀ ਟਕਰਾ ਹੋ ਰਿਹਾ ਇਹਦਾ ਨੁਕਸਾਨ ਵੀ ਪੰਜਾਬੀ ਨੂੰ ਆ ਫਾਇਦਾ ਮੈਨੂੰ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ ਕੌਣ ਕੁਰਾ ਰਿਹਾ ਜੀ ਇਹ ਕੌਣ ਕਰਵਾ ਰਿਹਾ ਹੈ ਹਿੰਦੁਸਤਾਨ ਦੀਆਂ ਏਜੰਸੀਆਂ ਕਰਵਾ ਰਹੀਆਂ ਇਹ ਚੀਜ਼ ਨੂੰ ਅਸੀਂ ਤਾਂ ਭਾਈਚਾਰੇ ਦੀ ਸਾਂਝ ਜੜੀ ਬਰਕਰਾਰ ਰੱਖਣੇ ਚਾਹੁੰਦੇ ਆ ਕਿੱਥੇ ਨਹੀਂ ਅਸੀਂ ਹਿੰਦੂ ਭਾਈਚਾਰੇ ਦੇ ਨਾਲ ਖੜੇ ਇਹ ਗੱਲ ਹਿੰਦੂ ਸਿੱਖ ਦੀ ਨਹੀਂ ਹੈਗੀ ਮੇਰਾ ਮਸਲਾ ਕਹਿੰਦਾ ਹਾਂ ਇਹ ਬਿਲਕੁਲ ਸਵਾਲ ਇਹ ਹੈ ਕਿ ਪੰਜਾਬੀ ਹੀ ਆਪਸ ਵਿੱਚ ਬਹਿਸਣ ਲੱਗ ਗਏ ਜਿਹੜਾ ਉਹ ਹੁਣ ਜੋ ਬੰਦਾ ਬੋਲ ਰਿਹਾ ਹੈ ਉਹਦੇ ਸਿਰ ਤੇ ਵੀ ਦਸਤਾਰ ਹੈ ਬੇਅਦਬੀ ਤਾਂ ਦਸਤਾਰ ਦੀ ਹੋਗੀ ਬਿਲਕੁਲ ਬਿਲਕੁਲ ਦਸਤਾਰ ਦੀ ਬੇਅਦਬੀ ਕੀਤੀ ਉਹ ਬੰਦੇ ਨੇ ਫਿਰ ਮਾਫੀਆ ਕਿਉਂ ਮੰਗ ਰਿਹਾ ਅਸੀਂ ਇਸ ਕਰਕੇ ਤਾਂ ਮਾਜੋਕ ਪ੍ਰਸ਼ਾਸਨ ਦੇ ਕੋਲ ਆਏ ਆ ਵੀ ਦੇਖੋ ਸਾਨੂੰ ਮਜਬੂਰ ਮਾਨ ਸਾਹਿਬ ਨਾਲ ਗੱਲ ਹੋਈ ਸੀ ਬਿਲਕੁਲ ਬਿਲਕੁਲ ਜੀ ਮਾਨ ਸਾਹਿਬ ਨਾਲ ਗੱਲ ਮਾਨ ਸਾਹਿਬ ਕਹਿੰਦੇ ਵੀ ਮਤਲਬ ਜਿਹੜਾ ਕੋਈ ਭਾਵਨਾ ਦੇ ਢਕਾ ਢਕਾ ਹੁੰਦਾ ਪੀਸਫੁੱਲ ਆਪਾਂ ਮੈਮੋਰੰਡਮ ਦੋਵਾਂ ਸੀ ਇਸ ਕਰਕੇ ਮਾਨ ਸਾਹਿਬ ਦੇ ਹੁਕਮਾਂ ਦੇ ਤਹਿਤ ਹੁਕਮ ਮਾਨ ਸਾਹਿਬ ਨੇ ਸਾਰੀ ਕੌਮ ਦੀ ਹੈ ਮੈਂ ਪਹਿਲਾਂ ਬੋਲ ਚੁੱਕਿਆ ਹਾਂ ਕੱਲ ਸਾਨੂੰ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੋਈ ਹੈ ਪੱਗ ਸਾਡਾ ਧਾਰਮਿਕ ਚਿੰਨ੍ਹ ਵੀ ਆ ਸਾਡਾ ਤਾਜ ਹੈ ਜੇ ਕੋਈ ਪੱਗ ਦਬੰਦੀ ਬੋਲਦਾ ਹੈ ਉਹਦੇ ਤੋਂ 295 ਤਾਂ ਹੋਣੀ ਹੀ ਹੋਣੀ ਹੈ ਜਿਹੜਾ ਉਹਨੇ ਮਾਹੌਲ ਢਕਾਉਣ ਦੀ ਕੋਸ਼ਿਸ਼ ਕਰੀਏ ਕਿ ਅਸੀਂ 5 ਲੱਖ ਦੇਵਾਂਗੇ ਕੱਲ ਨੂੰ ਤਾਂ ਕੋ ਸੱਟਕ ਸੱਟ ਵੀ ਹੋ ਸਕਦਾ 60 60 ਕਰ ਸਕਦਾ ਉਸ ਬੰਦੇ ਨੇ ਮਾਹੌਲ ਢੜਕਾਉਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਤੇ ਮਾਹੌਲ ਢੜਕਾਉਣ ਦਾ ਜਿਹੜਾ ਮੁਕੱਦਮਾ ਦਰਜ ਹੋਣਾ ਚਾਹੀਦਾ ਸਾਡੀ ਤਾਂ ਮੰਗੇ ਆ ਔਰ 295 ਇਹਦਾ ਤਾਂ ਬਣਦੀ ਹੀ ਬਣਦਾ ਕਿ ਉਹਨੂੰ ਗ੍ਰਿਫਤਾਰ ਕਰਿਆ ਜਾਵੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਹੋਰ ਸ਼ਰਾਰਤੀ ਅੰਸਰ ਸਾਡੇ ਪੱਗ ਬਾਰੇ ਜਾਂ ਸਾਡੇ ਇਸ ਤਰ੍ਹਾਂ ਦੀਆਂ ਢੜਕਾਉ ਬਿਆਨਬਾਜ਼ੀਆਂ ਨਾ ਕਰੇ ਸਰਦਾਰ ਸਾਹਿਬ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਪੂਰੇ ਇਨਸੀਡੈਂਟਸ ਬਾਰੇ ਪੂਰੀ ਗੱਲ ਤਾਂ ਇਹ ਹੀ ਆ ਵੀ ਉਹਦੇ ਤੇ ਜਿਹੜਾ ਅਰਚਾ ਦਰਜ ਕੀਤਾ ਜਾਵੇ ਉਹਨੂੰ ਤੁਰੰਤ ਗ੍ਰਿਪ ਕੀਤਾ ਜਾਵੇ ਜੇ ਉਹਨਾਂ ਨੇ ਕੰਡੇ ਬੀਜਿਆ ਚੁਗਣੇ ਉਹਨਾਂ ਨੂੰ ਪੈਣੇ ਆ ਸੋ ਮੈਂ ਆਸ ਰੱਖਦਾ ਪ੍ਰਸ਼ਾਸਨ ਤੋਂ ਸਾਡੀ ਪੁਰਜੋਰ ਅਪੀਲ ਵੀ ਆ ਵੀ ਉਹਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਕਿ ਇਹ ਹੀ ਜੀ ਅਣਹੋਣੀ ਜਾਂ ਅਕਿਰਤ ਕਣ ਬੰਦੇ ਆ ਜਿਹੜੇ ਇਹ ਜੇ ਪੰਜਾਬ 'ਚ ਰਹਿੰਦੇ ਆ ਜਿਹੜੇ ਪੰਜਾਬ ਦਾ ਹੀ ਖਾਨੇ ਆ ਪੰਜਾਬ ਦੇ ਹੀ ਸਿੱਖਾਂ ਨੂੰ ਬਦਨਾਮ ਕਰਦੇ ਆ ਪਰ ਉਹਦੇ ਵੀ ਪੱਗ ਸੀ ਇਹ ਨਹੀਂ ਪਤਾ ਵੀ ਉਹ ਸਿੱਖ ਆ ਕਿ ਕਿਆ ਕੁਸਾ ਇਹ ਸਾਨੂੰ ਪਤਾ ਨਹੀਂ ਪਰ ਉਹਨੇ ਪਤਾ ਨਹੀਂ ਢੋਂਗੇ ਰਚਿਆ ਸੀ ਪਰ ਦਸਤਾਰ ਦੇ ਸਬੰਧ ਵਿੱਚ ਅਸੀਂ ਬਿਲਕੁਲ ਐ ਖੜੇ ਆ ਜਿੱਦਾਂ ਦਰਖਤ ਤੋਂ ਸਵੈਦਾ ਖੜਾ ਹੁੰਦਾ ਕੌਂਗੇ ਨਹੀਂ ਇਹ ਇਹ ਗੀੜੀ ਮੀਣੀ ਸ਼ਾਸ ਦੇ ਤਹਿਤ ਜਿਹੜਾ ਕੰਮ ਹੋ ਰਿਹਾ ਜੀ ਤੁਸੀਂ ਦੇਖਿਆ ਕੱਲ ਸਿਵ ਸੈਨਾ ਨੇ ਰਲ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪੁਤਲੇ ਫੁਕੇ ਆ ਉਹ ਕਿਉਂ ਫੁਕੇ ਗਏ ਉਹ ਇਹ ਸੋਚੋ ਵੀ ਜਿਹੜੀ ਪਾਕਿਸਤਾਨ ਦੀ ਸੋਚ ਆ ਵੀ ਉਹਨਾਂ ਦੇ ਨਾਲ ਰਲਈ ਹੋਈ ਸੀ ਉਹ ਇਸ ਲਈ ਸਿਵ ਸੈਨਾ ਅੱਗੇ ਕਰਕੇ ਉਹਨਾਂ ਮਾਨ ਸਾਹਿਬ ਦੇ ਪੁਤਲੇ ਪੁਤਲੇ ਫੁਕੇ ਫੁਕੇ ਆ ਜੀ ਦੋਰੀ ਰੋ ਨਾਨੀ ਤੇ ਰਾਜਨੀਤੀ ਜਪਣਾ ਰਹੇ ਆ ਸਾਰੇ ਇੱਕ ਪਾਸੇ ਨਥੂ ਰਾਮ ਗੋਡਸੇ ਨੂੰ ਸ਼ਿਵਸੈਨ ਵਾਲੇ ਮੰਨਦੇ ਨੇ ਵੀ ਸਾਡਾ ਹੀ ਹੀਰੋ ਆ ਇੱਕ ਪਾਸੇ ਕਿਉਂਕਿ ਉਹਨੇ ਮਹਾਤਮਾ ਗਾਂਧੀ ਨੂੰ ਠੋਕਿਆ ਇੱਕ ਪਾਸੇ ਉਹ ਭਗ ਸਿੰਘ ਨੂੰ ਮੰਨਦੇ ਨੇ ਉਹ ਇੱਕ ਕਲੀਅਰ ਕਰਨ ਜਿਵੇਂ ਬਰਿੰਦਰ ਢਿੱਲੋਂ ਜੀ ਕਹਿੰਦੇ ਨੇ ਵੀ ਵਿਸ਼ੇਸ਼ ਅਪਾਧੀ ਨਹੀਂ ਦਿੱਤੀ ਜਾਂਦੀ ਫਿਰ ਸਾਬਰਕਰ ਕੀ ਆ ਗਾਂਧੀ ਕੀ ਆ ਉਹਨਾਂ ਨੂੰ ਕਿਉਂ ਵਿਸ਼ੇਸ਼ ਅਪਾਧੀਆਂ ਨੇ ਜਿਹੜੇ ਹੋਰ ਜਿਹੜੇ ਸਿੱਖ ਨੇ ਬਾਬਾ ਭਕਨਾ ਜੀ ਹੋਗੇ ਗਦਰੀ ਬਾਬੇ ਹੋਗੇ ਸਰਦਾਰ ਆਦਮ ਸਿੰਘ ਜੀ ਹੋਗੇ ਕਰਤਾਰ ਸਿੰਘ ਸਰਾਭਾ ਜੀ ਹੋਗੇ ਬੱਬਰ ਅਕਾਲੀ ਹੋਗੇ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਕੀਤਾ ਜਾਂਦਾ ਜਿਹੜਾ ਸਾਬਰਕਾਰ ਆ 4 ਸਾਲ ਦੀ ਸਜ਼ਾ ਹੋਈ 400 ਮਾਫੀ ਨਾਮਾ ਲਿਖ ਕੇ ਦੇ ਗਿਆ ਉਹ ਅੰਗਰੇਜ਼ ਸਰਕਾਰ ਨੂੰ ਵੀ ਜੋ ਵੀ ਕੁਝ ਕਰਨਾ ਮੈਂ ਤੁਹਾਡੇ ਨਾਲ ਸਹਿਮਤਾਂ ਚੱਲਣ ਨੂੰ ਉਹਨਾਂ ਨੂੰ ਤਾਂ ਇਹਨਾਂ ਨੇ ਹੀਰੋ ਬਣਾਇਆ ਹਿਆ ਵਿਸ਼ੇਸ਼ ਆਪਾਧੀਆਂ ਇਹ ਦੇ ਰਹੇ ਨੇ ਠੀਕ ਹੈ ਅਸੀਂ ਨਹੀਂ ਕਹਿੰਦੇ ਵਿਸ਼ੇਸ਼ ਆਪਾਧੀ ਦੋ ਅਸੀਂ ਤਾਂ ਕਹਨੇ ਆ ਵੀ ਜਿਹੜਾ ਤੁਸੀਂ ਸੈਂਟਰ ਸਰਕਾਰ ਨੇ ਭਾਰਤ ਦੀ ਹਿੰਦੂਤਵੀ ਸਰਕਾਰ ਨੇ ਹਾਲ ਤੱਕ ਭਗਤ ਸਿੰਘ ਦੇ ਨਾਲੋਂ ਅਤਵਾਦੀ ਸ਼ਬਦੇ ਨਹੀਂ ਹਟਾਇਆ ਉਹ ਫਿਰ ਸਾਡੇ ਨਾਲ ਗੱਲ ਕੀ ਕਰ ਲੈਣਗੇ ਆ ਕਿ ਉਹ ਸ਼ਬਦ ਬਸ ਲਾਸਟ ਜੀ ਕੀ ਲੱਗਦਾ ਕੀ ਹੁਣ ਜੇ ਨਾਂ ਸੁਣੀ ਗਈ 7 ਦਿਨ ਚ ਤਾਂ ਅਗਲਾ ਕਦਮ ਦੇਖੋ ਜੀ ਸਿੱਖਾਂ ਦੇ ਨਾਲ ਦਾ ਸ਼ੁਰੂ ਤੋਂ ੱੱਕਾ ਬੇਇਨਸਾਫੀ ਹੁੰਦੀ ਆਈ ਹੈ ਜਦੋਂ ਦਾ ਭਾਰਤ ਦੇਸ਼ ਯਾਦ ਹੋਇਆ ਚਾਹੇ ਚ ਰੋਲ 95% ਸਿੱਖਾਂ ਨੇ ਆਪਦੀ ਕੁਰਬਾਨੀ ਨਾਲ ਨਿਭਾਇਆ ਪਰ ਉਸ ਤੋਂ ਬਾਅਦ ਜਦੋਂ ਵੀ ਕਿਤੇ ਇਨਸਾਫ ਦੀ ਮੰਗ ਸਿੱਖਾਂ ਵੱਲੋਂ ਕੀਤੀ ਗਈ ਹੈ ਤੇ ਸਿੱਖਾਂ ਤੇ ਹੀ ਉਲਟਾ ਤਸ਼ੱਦਦ ਕੀਤਾ ਗਿਆ ਜੇ ਕੋਈ ਐਸਵਾਈਐਲ ਦਾ ਗਾਣਾ ਗਾ ਦੇ ਸਿੱਧੂ ਮੂਸੇਵਾਲਾ ਤਾਂ ਉਹਦੇ ਤੇ ਬੈਨ ਕੀਤਾ ਜਾਂਦਾ ਜੇ ਕੋਈ ਰਿਹਾਈ ਦੀ ਗੱਲ ਕਰੇ ਉਹਤੇ ਬੈਨ ਕੀਤਾ ਜਾ ਰਿਹਾ ਕੱਲ ਬੰਦਾ ਫੇਸਬੁੱਕ ਤੇ ਸਾਨੂੰ ਸ਼ਰਮਾਂ ਚੈਲੰਜ ਕਰਦਾ ਪਿਆ ਅਸੀਂ ਦੱਸ ਰਹੇ ਕੋ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੱਕ ਆਪਣੇ ਇਸ ਪ੍ਰਸ਼ਾਸਨ ਨੂੰ ਯਾਦ ਪੱਤਰਾਂ ਮੰਗ ਪੱਤਰ ਦਿੰਦਾ ਪਰ ਅਸੀਂ ਉਹਨੂੰ ਮਾਫ ਨਹੀਂ ਕੀਤਾ ਹੈਗਾ ਅਸੀਂ ਪ੍ਰਸ਼ਾਸਨ ਦੇ ਉਸ ਫੈਸਲੇ ਦਾ ਇੰਤਜ਼ਾਰ ਕਰਨਾ ਜੇ ਸਾਨੂੰ ਇਧਰੋਂ ਨਾ ਇੱਕ ਹਫ਼ਤੇ ਦੇ ਵਿੱਚ ਕੋਈ ਜਵਾਬ ਮਿਲਿਆ ਤਾਂ ਸ਼੍ਰੋਮਣੀ ਕਾਲ ਦਾ ਅਮਰ ਸਰ ਦਾ ਇੱਕ ਇੱਕ ਵਰਕਰ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੈ ਤੇ ਉਹ ਬੰਦੇ ਨੂੰ ਵੀ ਅਸੀਂ ਚੈਲੰਜ ਕਰਦੇ ਹਾਂ ਕਿ ਉਹ ਆਪਣਾ ਪਹਿਲਾਂ ਹੀ ਸਾਰਾ ਇੰਤਜ਼ਾਮ ਕਰਕੇ ਰੱਖ ਲਵੇ ਕੀ ਕਿ ਬਹੁਤ ਮਿਹਰਬਾਨੀ ਗੱਲ ਬਾਤ ਦੇ ਲਈ ਸੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਵਰਕਰ ਨੇ ਇਸ ਵੇਲੇ ਫਤੇਗੜ ਦੇ ਐਸਐਸਪੀ ਤੇ ਡੀਸੀ ਦੇ ਨਾਲ ਮੁਲਾਕਾਤ ਹੋਈ ਹੈ ਮੈਮੋਰੰਡਮ ਦਿੱਤਾ ਗਿਆ ਹੈ ਕਿ ਅਸੀਂ ਮੁਲਾਕਾਤ ਜਿਹੜੀ ਆ ਉਹਦੇ ਵਿੱਚ ਦੱਸਿਆ ਗਿਆ ਕਿ ਇਹ ਕਾਰਵਾਈ ਹੋਣੀ ਚਾਹੀਦੀ ਹੈ 7 ਦਿਨ ਦਾ ਅਲਟੀਮੇਟਮ ਦਿੱਤਾ ਗਿਆ ਪਰ ਅਸੀਂ ਉਸ ਵਿਅਕਤੀ ਨੂੰ ਮਾਫੀ ਕੀਤਾ ਗਿਆ ਅਗਰ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਉਹ ਵਿਅਕਤੀ ਜੋ ਪੱਗ ਬਾਰੇ ਬੋਲਦਾ ਉਹ ਆਪਣੀ ਸਮਾਨ ਦਾ ਖੁਦ ਜ਼ਿੰਮੇਵਾਰ ਹੋਊਗਾ ਪਰ ਕਿਤਨਾ ਕਿਤੇ ਇਹ ਦੇਖਿਆ ਜਾਵੇ ਇਸ ਵੇਲੇ ਸਥਿਤੀ ਗੁੰਝਲਦਾਰ ਬਣੀ ਹੋਈ ਹੈ ਕਿਉਂਕਿ ਕੁਝ ਜਿਹੜੇ ਨੇ ਉਹ ਭਗਤ ਸਿੰਘ ਨੂੰ ਲੈ ਕੇ ਤੇ ਇਸ ਵੇਲੇ ਜਿਹੜਾ ਮੁੱਦਾ ਹੈ ਉਹ ਦਸਤਾਰ ਦਾ ਕਿਉਂਕਿ ਦਸਤਾਰ ਕਿਸੇ ਵਿਅਕਤੀ ਦੀ ਨਹੀਂ ਹੁੰਦੀ ਦਸਤਾਰ ਸਰਬਕੌਮ ਦੀ ਹੁੰਦੀ ਹੈ ਸੋ ਉਸ ਨੂੰ ਲੈ ਕੇ ਜਿਹੜੀ ਕਾਨੂੰਨੀ ਕਾਰਵਾਈ ਦੀ ਮੰਗ ਉਹ ਲਗਾਤਾਰ ਕੀਤੀ ਜਾ ਰਹੀ ਹੈ ਉਹ ਵੇਖਣਯੋਗਾ ਕਿ ਪ੍ਰਸ਼ਾਸਨ ਕਦੋਂ ਤੱਕ ਇਸਤੇ ਕਾਰਵਾਈ ਕਰਦਾ ਹੈ ਕਿ ਕਦੋਂ ਇਸ ਮਾਮਲੇ ਨੂੰ ਨੱਥ ਪਾਈ ਜਾਂਦੀ ਹੈ ਕੈਮਰਾਮੈਨ ਰੋਸ਼ਨ ਦੇ ਨਾਲ ਗगन ਸ਼ੁਕਲਾ ਦਿੱਲੀ ਪੋਸਟ ਪੰਜਾਬੀ